ਸਾਡਾ ਪਿੰਡ ਦੇ ਵਿੱਚ ਕਾਫੀ ਪੇਸ਼ੈਂਟ ਆਏ ਸੀ ਤੇ ਇੱਕ ਪੇਸ਼ੈਂਟ ਰਹਿੰਦਾ ਸੀ ਜਿਹੜਾ ਉਹ ਵੀ ਠੀਕ ਹੋ ਕੇ ਅੱਜ ਘਰ ਆ ਗਿਆ, ਜਿਹਦੇ ਨਾਲ ਸਾਡਾ ਜ਼ਿਲ੍ਹਾ ਤੇ ਪਿੰਡ ਪੂਰਾ ਕੋਰੋਨਾ ਤੋਂ ਮੁਕਤ ਹੋ ਗਿਆ ਜੀ। ਬਿਮਾਰੀ ਨਾਲ ਤਾਂ ਲੜ ਕੇ ਅਸੀਂ ਨਿਕਲ ਆਏ ਹਾਂ ਤੇ ਜਿਹੜਾ ਸਾਡੇ ਤੇ ਇਹ ਇਲਜ਼ਾਮ ਲਾਏ ਵੇ ਇਸ ਪਿੰਡ ਨੇ ਕੋਰੋਨਾ ਦਿੱਤਾ, ਬਲਦੇਵ ਸਿੰਘ ਨੇ ਲਿਆ ਕੇ ਦਿੱਤਾ, ਮਹਾਂਪੁਰਸ਼ਾਂ ਲਈ ਮਾੜੀ ਭਾਸ਼ਾ ਵਰਤੀ ਗਈ, ਡੇਰੇ ਲਈ ਵਰਤੀ ਗਈ, ਅਸੀਂ ਉੱਤੇ ਹੁਣ ਆ ਕੇ ਹੁਣ ਇਹਦੇ ਤੇ ਕਾਰਵਾਈ ਆਰੰਭ ਕਰ ਰਹੇ ਹਾਂ ਸਾਰੇ ਰਲ ਕੇ। ਉਦੋਂ ਜਦੋਂ ਸਾਡੇ ਵੀ ਨੈਗੇਟਿਵ, ਬਾਬਾ ਜੀ ਦਾ ਵੀ ਪੋਜ਼ਿਟਿਵ ਆਇਆ ਵਿੱਚ, ਫਿਰ ਉਹ ਸਹਿਮ ਦਾ ਮਾਹੌਲ ਆ ਗਿਆ ਜੀ ਕਾਫੀ ਲੋਕਾਂ ਦੇ ਵਿੱਚ, ਲੋਕੀ ਆਪਣੇ ਘਰਾਂ ਦੇ ਵਿੱਚ ਫਿਰ ਬਹਿ ਗਏ, ਜਿਹਨੂੰ ਕਿਸੇ ਦੀ ਜ਼ਰੂਰਤ ਹੋਣੀ ਕਿਸੇ ਚੀਜ਼ ਦੀ ਫਿਰ ਟੈਲੀਫੋਨ ਤੇ ਟੱਚ ਹੋ ਕੇ ਚੀਜ਼ ਮਨਾ ਲੈਣੀ, ਉਹਨਾਂ ਨੇ ਆਪਣੇ ਰੋਜ਼ਮਰਾ ਦੀਆਂ ਜਿਹੜੀ ਜ਼ਰੂਰਤ ਸੀ ਪੂਰੀ ਕਰ ਲੈਂਦੇ ਸੀ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਜੇ ਕੋਈ ਬਿਮਾਰ ਆ ਤੇ ਉਹ ਸਾਡੀਆਂ ਆਪਣੀਆਂ ਐਂਬੂਲੈਂਸਾਂ ਸੀਗੀਆਂ, ਉਹਦੇ ਵਿੱਚ ਫਿਰ ਜਾਣ ਦੀ ਆਗਿਆ ਦੇ ਦਿੰਦੇ ਸੀਗੇ, ਉਹ ਲੈ ਕੇ ਜਾਂਦੇ ਸੀ। ਸਾਡੇ ਮੁੰਡੇ ਸੀ ਦੋ ਇੱਥੋਂ ਜੀ, ਬਿਲਟ ਆ ਇਹ, ਦੁਆਬਾ ਬਿਲਟ, ਜ਼ਿਆਦਾਤਰ ਇਹ NRE ਬਿਲਟ ਹੈ। NRE ਨੇ ਜੋ ਡਿਵੈਲਪਮੈਂਟ ਪੰਜਾਬ ਦੀ ਕੀਤੀ ਹੈ, ਆਪਣੇ ਮੁਲਕ ਦੀ ਕੀਤੀ ਹੈ, ਉਹ ਘਰਾਂ ਨੂੰ ਦੇਖਦੇ ਆ, ਆਪਣੇ ਲੋਕਾਂ ਨੂੰ ਜੇ ਕਿਸੇ ਨੂੰ ਇੱਥੇ ਕੋਈ ਤਕਲੀਫ ਹੁੰਦੀ ਸਾਰਾ ਕੁਝ ਦੇਖਦੇ ਆ। ਇਹ ਨਾ ਗਾਇਕਾਂ ਨੇ ਗਲਤ ਜਿਹੜਾ ਇਹ ਸਾਡੇ ਲਈ ਕੀਤਾ ਤੇ ਇਹ ਹੋਣਾ ਨਹੀਂ ਸੀ ਚਾਹੀਦਾ। ਪ੍ਰਸ਼ਾਸਨ ਨੇ ਕੋਈ ਤੰਗੀ ਨਹੀਂ ਦਿੱਤੀ ਇਹਦੀ, ਜੇ ਉਹ ਖੇਤਾਂ ਤੱਕ ਜੇ ਉਹ ਉਹਨਾਂ ਵਾਸਤੇ ਕੀਤਾ ਸੀ ਚੈਨ ਤੋੜਨ ਵਾਸਤੇ, ਵੀ ਬੇਮਤਲਬ ਹੈ ਨਾ, ਫਿਰ ਜੇ ਤੁਹਾਨੂੰ ਕੰਮ ਹੈ ਫਿਰ ਘਰ ਤੋਂ ਨਿਕਲੋ ਬਾਹਰ, ਨਹੀਂ ਨਹੀਂ ਆਪਣਾ ਨਿਕਲਣਾ ਘਰ ਦੇ। ਸਾਡੇ ਜਿਹੜੇ ਪਿੰਡ ਦੇ ਸੀਗੇ, ਬਹੁਤ ਸਾਰੇ ਲੋਕਾਂ ਨੇ ਸਾਡੇ ਸਹਿਯੋਗ ਦਿੱਤਾ ਇਸ ਕੰਮ ਦੇ ਵਿੱਚ, ਜਿਹੜੇ ਅਸੀਂ ਕੰਟਰੋਲ ਕਰਨ ਦੇ ਵਿੱਚ ਛੇਤੀ ਇਹਨੂੰ ਹਾਸਲ ਟੀਚੇ ਨੂੰ ਕਰ ਲਿਆ। ਕਿਉਂਕਿ ਜਿਹੜਾ ਬਲਦੇਵ ਸਿੰਘ ਦਾ ਸੀਗਾ ਐਕਚੁਲੀ ਮੈਟਰ ਆ ਨਾ, ਇਹ ਤਾਂ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਗਲਤੀ, ਉਹਨਾਂ ਨੇ ਏਅਰਪੋਰਟ ਤੇ ਨਹੀਂ ਉਹਨੂੰ ਚੈੱਕ ਕੀਤਾ, ਫਿਰ ਸਿਹਤ ਮਹਿਕਮੇ ਦੇ ਬੰਦੇ ਆਉਂਦੇ ਰਹੇ, ਉਹਨਾਂ ਨੇ ਪ੍ਰੋਪਰ ਉਹਨਾਂ ਨੂੰ ਕੋਈ ਟੈਸਟ ਨਹੀਂ ਲਿਆ, ਇਹਨਾਂ ਦੇ ਟੈਸਟ ਲੈਣੇ ਚਾਹੀਦੇ ਸੀ ਗੌਰਮੈਂਟ ਨੂੰ, ਜਾਂ ਕੋਈ ਪਹਿਲਾਂ ਆਪਣੇ ਕੋਈ ਸਾਧਨ ਹੈ ਨੀਗਾ ਸੀਗਾ, ਜਾਂ ਤਾਂ ਗੌਰਮੈਂਟ ਦਾ ਉੱਥੇ ਟੈਂਪਰੇਚਰ ਵਗੈਰਾ ਚੈੱਕ ਕਰਕੇ ਛੱਡ ਦਿੰਦੇ ਸੀ, ਜਾਂ ਕੋਈ ਇੱਦਾਂ ਦੀ ਪ੍ਰੋਬਲਮ ਸੀ। ਕਿਉਂਕਿ ਜਿਹੜਾ ਪੇਸ਼ੈਂਟ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਮੈਨੂੰ ਬਿਮਾਰੀ ਕੀ ਆ, ਇਹ ਤਾਂ ਡਾਕਟਰਾਂ ਨੇ ਕੋਈ ਟੈਸਟਿੰਗ ਦੇ ਵਿੱਚ ਜਾ ਕੇ ਡਿਕਲੇਅਰ ਕਰਨਾ। ਜਿਹੜਾ ਵਰਤਾਰਾ ਚੱਲਿਆ ਟੈਲੀਵਿਜ਼ਨ ਦੇ ਗਾਣਿਆਂ ਦਾ ਜਾਂ ਕੋਈ ਹੋਰ ਚੱਲਿਆ, ਬਹੁਤ ਗਲਤ ਚੱਲਿਆ, ਠੀਕ ਨਹੀਂ ਸੀਗਾ, ਜਿਹਦੇ ਨਾਲ ਪਿੰਡ ਨੂੰ ਨਮੋਸ਼ੀ ਵਾਲਾ ਕੰਮ ਦੇਖਣਾ ਪਿਆ, ਸਾਹਮਣਾ ਕਰਨਾ ਪਿਆ ਕਾਫੀ ਟਾਈਮ, ਲੰਬੇ ਟਾਈਮ ਲਈ। ਤੇ ਜਿੱਦਾਂ ਜਿੱਦਾਂ ਹੁਣ ਕੇਸ ਸੋਲਵ ਹੋਏ ਆ, ਬੌਸ ਮੁੜ ਕੇ ਉੱਥੋਂ ਆਏ ਆ, ਤੇ ਉੱਦਾਂ ਉੱਦਾਂ ਹੁਣ ਜਿਹੜਾ ਆ ਮੌਸਮ, ਜਿਹੜਾ ਸਾਰਾ ਪਿੰਡ ਦਾ ਮਾਹੌਲ ਹੈ ਵਧੀਆ ਹੁੰਦਾ ਜਾ ਰਿਹਾ ਦਿਨ ਪਰ ਦਿਨ।